worried about your safety in India? I never worry about my safety. My safety is no problem. Just move the camera or you might have to worry about your safety. ਕਦੇ ਸੋਪ ਲਾ ਲਾ ਧੁੱਪ ਦੇ ਨਾ ਸਿੰਦਰਾਂ ਦੇ ਪਾਪ ਮਿਲੇ ਟੌਰ ਨਾਲ ਮੌਤ ਇਹੋ ਜਪਦੇ ਸੁਵਾਸ ਜਿਹੜੀ ਅੰਤ ਨੂੰ ਵਿਆਉਂਦੀ ਪੱਕੀ ਮੌਲੇ ਦੀ ਮਸ਼ੂਕ ਬੰਦਾ ਤੁਰ ਪੈਂਦਾ ਖੁਦਾ ਜਦੋਂ ਮਾਰਦਾ ਏ ਹਾਕ ਜਿਹੜਾ ਦਮੀ ਉੱਤੇ ਉੱਡੇ ਉਹੀ ਜਿੱਤੇ ਅਸਮਾਨ ਇਸੇ ਕਰਕੇ ਹੌਸਲਾ ਬੁਲੰਦ ਯਾਰ ਦਾ ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਤੇ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ ਅੰਦਰ ਤਾਂ ਇਹਨਾਂ ਲਈ ਸਿਰਤ ਬਦਲੀ ਮੇਰੇ ਬਾਰੇ ਆਉਂਦੇ ਮੌਸਮ ਫਨਾ ਹੋ ਗਿਆ ਹੁਣ ਸੇਫਟੀ ਲਈ ਫਿਰਦੇ ਆ ਲਿੰਕ ਲੱਭਦੇ ਹਰ ਪਾਸੇ ਮਦਦ ਲਈ ਮਨਾ ਹੋ ਗਿਆ ਉਂਝ ਕਰਨ ਲੱਗੇ ਸੀ ਅਸੀਂ ਬੈਰਕ ਬਰੇਕੇ ਤਾਂ ਰੱਬ ਵੱਲੋਂ ਰਹਿੰਦੀ ਸਜ਼ਾ ਹੋ ਗਈ ਮਾਫ਼ ਨੀ ਕੀਦੇ ਨਾਂ ਦੀ ਕੱਟੀ ਖਿੱਚ ਕੇ ਲਕੀਰ ਕੰਧਾਂ ਜੇਲ ਦੀਆਂ ਜਾਤਾਂ ਜਾਣ ਦਾ ਸਟਾਫ ਨੀ ਠੰਡੀ ਪੈਣ ਨੀ ਦਿੱਤੀ ਜਮਾ ਬਦਲੇ ਦੀ ਅੱਗ ਰਿਹਾ ਹੱਥਾਂ ਨਾਲ ਸਲਾਖਾਂ ਉੱਤੋਂ ਜੰਗ ਤਾਰਦਾ ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਤੇ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਤੇ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ ਮੇਰੀ ਗੱਲ ਤਪਕਾ ਸੋ ਜਿੰਨੀ ਬਣੀ ਪਈ ਐ ਬਸ ਰਹਿ ਗਏ ਜਿਹੜੇ ਜ਼ਿੰਦਗੀ ਦੇ ਲੇਖ ਲਿਖਣੇ ਇੱਥੇ ਹਰ ਕੋਈ ਫਿਰਦਾ ਏ ਢਾਹ ਲਾਉਣ ਨੂੰ ਤਾਂ ਹੀ ਪੈ ਗਏ ਦੁਨੀਆ ਦੇ ਦਾ ਪੇਜ ਸਿੱਖਣੇ ਦਿੱਲੀ ਮਾਡਲ 84 ਨਾਲ ਚੱਲੇ ਕੱਠ ਪਿਆ ਹਲਕੇ ਮਜੀਠੇ ਵਿੱਚ ਗੜ ਜੱਟੀ ਐ ਕਿਹਦਾ ਚੱਲਣਾ ਏ ਜ਼ੋਰ ਕਿਹਦੀ ਵਿਗੜੂਗੀ ਤੋਰ ਅੱਜ ਵੇਖਣੀ ਕਿਹਦੇ 'ਚ ਕਿੰਨੀ ਤੜ ਜੱਟੀ ਏ ਆਉਣ ਵਨ ਵੇਖੀ ਕੁੱਟਦਾ ਮੈਂ ਕੰਨ ਜੱਸਾ ਪੱਟੀ ਜੋ ਵਿਰੋਧੀਆਂ ਦੀ ਕੰਡ ਝਾੜਦਾ Tough guys why tough with the tough guys cuz they know somebody gonna die ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਤੇ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਤੇ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ ਜੇ ਵਹਿਰੀਆਂ ਨੇ ਪਹਿਰਲਾਂ ਚ ਪਾਇਆ ਸੁਰਮਾ ਪੁੱਤ ਜੱਟ ਦਾ ਵੀ ਜੇਲੋਂ ਆਇਆ ਡੰਡ ਮਾਰਦਾ This is gonna get nasty, bloody messy. Everybody not going home.